पिंड का नाम की पूरा है वाला नाखेड़ा। नाखेड़ा जी, नाखेड़ा। इन्ना खेड़ा हाँ जी, मुक्तसर कोल पैंदा पिंड। हाँ जी, जिला मुक्तसर। हाँ जी, ਤੁਹਾਡੇ ਇੱਥੇ ਬੇਅਦ ਵੀ ਹੋਈ ਅੱਜ ਫਿਰ ਦੁਬਾਰਾ ਮੁਕਤਸਰ ਸਾਹਿਬ ਚ? ਨਹੀਂ ਜੀ, ਕੋਈ ਵੀ ਨਹੀਂ ਜੀ, ਮੁੰਡੇ ਨੇ ਕੱਲਾ ਹੱਥ ਪਾਇਆ ਸੀ। ਬਾਕੀ ਸੁਣੀ ਗੱਲ ਹੈ ਜੀ ਆਪਣੀ, ਤਾਂ ਮੈਂ ਜਾਣਕੀ ਗਰੰਟੀ ਹੈ ਕਿ ਪਿੰਡ ਦੇ ਬੰਦੇ ਆ ਜੀ। ਹਾਂਜੀ ਹਾਂਜੀ, ਪਿੰਡ ਤੋਂ ਆ, ਪਿੰਡ ਦੇ ਬੰਦੇ, ਫਿਰ ਜਾਣਕੀ ਮੱਥਾ ਟੇਕ ਨਹੀਂ ਚਾਹੀਦਾ। ਹਾਂਜੀ ਸੁਣੀ ਗੱਲ ਹੈ ਜੀ, ਮੈਂ ਨਹੀਂ ਜੀ ਬੋਲ ਰਿਹਾ ਜੀ। ਹਾਂਜੀ ਜੀ, ਹੁਣ ਹੁਣ ਜਿਵੇਂ ਮੀਡੀਆ ਵਿੱਚ ਚੱਲ ਰਹੀਆਂ ਨੇ ਅਫਵਾਹ ਕਹਿ ਲਈਏ, ਫਾਇਦੇ ਹੀ ਜਾ ਸਕਦੀ ਹੈ ਜ਼ਿਆਦਾ ਤਾਂ ਜ਼ਿਆਦਾ ਫਾਇਦੇ ਤੇ ਉਹਦੇ ਜਿੰਨੀ ਫਾਇਦਾ ਕਰਾਈ ਆ। ਕਰਮਤੀ ਸਿੰਘ ਨੇ ਤਾਂ ਕਿਹਾ ਵੀ ਉਹਨਾਂ ਨੇ ਹੱਥਾਂ ਤੇ ਅਸੀਂ ਇਹਨੂੰ ਫੜ ਲਿਆ, ਕੁੱਟਮਾਰ ਕੀਤੀ ਹੈ ਤੇ ਉਹ ਥਾਣੇ ਬੰਦਾ। ਬੇਦ ਵੀ ਕਰਨ ਆਇਆ ਸੀ ਮੁੰਡਾ? ਨਹੀਂ ਜੀ, ਇੱਥੇ ਦਾ ਸੇਵਾਦਾਰ ਸੀ, ਪੁਰਾਣੀ ਸੇਵਾ ਕਰਦੇ ਨੇ, ਇਹ ਸਾਰਾ ਪਰਿਵਾਰਿਕ ਗੁਰਦਰ ਨਾਲ ਜੁੜਿਆ ਇੱਥੇ ਹੀ ਨੇ। ਉਹਨੂੰ ਕੋਈ ਚੱਕਰ ਚੱਲ ਗਿਆ ਦਿਮਾਗ ਦਾ ਹੀ ਚੱਕਰ ਸੀ, ਇੱਕ ਦੋ ਦਿਨਾਂ ਤੋਂ ਦਵਾਈਆਂ ਦਵਾਈਆਂ ਇਹਨਾਂ ਨੇ ਦਵਾਈਆਂ ਨੂੰ ਪਹਿਲਾਂ ਤੋਂ ਦਵਾਉਂਦੇ ਰਹੇ ਆ। ਹਾਂਜੀ ਅੱਛਾ, ਜਿਵੇਂ ਹੁਣ ਇਹ ਖਬਰ ਜੋ ਬਾਹਰ ਨਿਕਲ ਕੇ ਆਈ ਹੈ ਇਸ ਸਮੇਂ, ਤੇ ਹੁਣ ਪਿੰਡ ਵਾਲੇ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਮੁੰਡੇ ਨੂੰ ਪੁਲਿਸ ਵਾਲੇ ਪਾਸੇ ਕੀਤਾ, ਹਵਾਲੇ ਕਰਤਾ? ਹਾਂਜੀ, ਪੁਲਿਸ ਵਾਲੇ ਜੀ ਫੜ ਕੇ। ਹਾਂਜੀ, ਤੁਸੀਂ ਕਹਿੰਦੇ ਵੀ ਦਵਾਈ ਚੱਲਦੀ ਪਈ ਸੀ ਪਿੰਡ ਦੇ ਬਾਕੀ ਲੋਕਾਂ ਨੂੰ, ਜਾਂ ਪਤਾ ਸੀ ਵੀ ਦਵਾਈ ਚੱਲਦੀ ਪਈ ਹੈ? ਉਹ ਹੁਣ ਤਾਂ ਜ਼ਿਆਦਾ ਨਹੀਂ ਸੀ ਲੋਕਾਂ ਨੂੰ ਪਤਾ ਜੀ, ਮੈਂ ਕਰ ਘੁਰਦਿਆਂ ਨੂੰ ਪਤਾ, ਪਿੰਡ 'ਚ ਨਹੀਂ ਪਤਾ, ਅਗਲਾ ਦੱਸਦਾ ਨਹੀਂ ਜੀ ਗੱਲ, ਅਤੇ ਹੁਣ ਉਹਨਾਂ ਨੇ ਸਾਰੀ ਦੱਸੀ ਹੈ, ਪਰਚੀਆਂ ਪੁਰਚੀਆਂ ਦਿੱਤੀਆਂ ਵੀ ਇੱਥੋਂ ਦਵਾਈ ਲਈ ਇੱਥੋਂ ਲਈ। ਕਿੰਨੇ ਵਜੇ ਦੀ ਘਟਨਾ? ਇੱਥੇ ਰੋਜ਼ ਮੱਥਾ ਟੇਕਣ ਆਉਂਦੇ ਜੀ, ਇੱਥੇ ਮਤਲਬ ਕਿਸੇ ਦਿਨ ਨਾ ਆਇਆ ਕਿਸੇ ਦਿਨ ਆ ਗਿਆ, ਅੱਗੇ ਵੀ ਮੱਥਾ ਟੇਕਣ ਆਉਂਦਾ ਸੀ। ਘਟਨਾ ਕਿੰਨੇ ਵਜੇ ਦੀ? 9 ਦਾ ਟਾਈਮ ਲਾ ਲਓ ਜੀ, 9:30 ਦਾ ਲਾ ਲਓ, 9:15 ਦਾ ਲਾ ਲਓ। ਪੁਲਿਸ ਆ ਗਈ ਮੌਕੇ ਤੇ? ਹਾਂਜੀ ਪੁਲਿਸ ਆ ਗਈ। ਹਾਂਜੀ ਹਾਂਜੀ, ਪੁਲਿਸ ਤਾਂ ਮੇਰਾ ਖਿਆਲ, ਹਾਂਜੀ ਉਦੋਂ ਹੀ ਆ ਗਈ, ਰਾਤ ਤੇ ਪੁਲਿਸ ਵਾਲੇ ਤਾਂ ਕਾਫੀ ਚਿਰ ਤੱਕ ਰਹੇ ਨੇ ਜੀ, ਤੇ ਪੁਲਿਸ ਤਾਂ ਹੁਣ ਵੀ ਇੱਥੇ ਹੀ ਹੈ ਜੀ। ਪਿੰਡ ਵਿੱਚ ਹੁਣ ਤਣਾਅਪੂਰਨ ਮਾਹੌਲ ਤਾਂ ਨਹੀਂ ਗਾ? ਨਾ ਜੀ, ਕੋਈ ਨਹੀਂ ਗਾ ਜੀ, ਬਾਬਾ ਜੀ ਆਏ ਨੇ ਸਤਸੰਗ ਵਾਲੇ, ਬਾਬਾ ਨਿਹਾਲ ਸਿੰਘ ਜੀ। ਹੈਲੋ। ਹਾਂਜੀ ਹਾਂਜੀ। ਅੱਛਾ ਇੱਕ ਇੱਕ ਮੇਰਾ ਹੋਰ ਸਵਾਲ ਹੈ, ਤੁਸੀਂ ਜਿਵੇਂ ਕਹਿ ਰਹੇ ਹੋ ਇਹ ਸ਼ਖਸ ਰੋਜ਼ ਹੀ ਮੱਥਾ ਟੇਕਣ ਆਉਂਦਾ ਸੀ ਸਵੇਰੇ? ਹਾਂਜੀ ਰੋਜ਼ ਸਵੇਰੇ ਸਵੇਰੇ ਮੱਥਾ ਟੇਕਣ ਆਉਂਦਾ ਸੀ? ਮੰਨ ਲਓ ਵੀ ਰੋਜ਼ਾਨਾ ਕਿਸੇ ਦਿਨ ਨਹੀਂ ਵੀ ਆਉਂਦੇ ਜੀ, ਇਸ ਤਰ੍ਹਾਂ ਹੀ ਕਰਦੇ ਆ ਸਾਰੇ, ਵੀ ਕਿਸੇ ਦਿਨ ਕੋਈ ਕੰਮ ਪੈ ਗਿਆ ਨਾ ਆਏ, ਤੇ ਤਕਰੀਬਨ ਆਉਂਦੇ ਹੀ ਆ ਸਾਰੇ ਜੀ। ਫਿਕਰ ਬੋਲ ਪਿਆ ਜੀ, ਮੈਂ ਮਾੜਾ ਦੂਰ ਜਾ ਰਿਹਾ। ਹਾਂਜੀ ਹਾਂਜੀ, ਦੂਰ ਜਾ ਕੇ ਗੱਲ ਕਰ ਲਓ। ਹਾਂਜੀ ਫਿਕਰ ਪਾਠ ਹੋ ਰਿਹਾ ਜੀ, ਤੇ ਉਹ ਆਇਆ, ਉਹਦਾ ਡੈਡੀ ਵੀ ਮੁੰਡੇ ਦਾ ਮਗਰੇ ਸਾਰੇ ਹੀ ਆਉਂਦੇ ਜੀ, ਪਰਿਵਾਰ ਸਾਰਾ ਹੀ ਆਉਂਦਾ, ਤੇ ਜਾਣੀ ਕਿ ਬਹੁਤ ਪੁਰਾਣੇ ਗੁਰੂ ਘਰ ਨਾਲ ਜੁੜੇ ਹੋਏ ਨੇ। ਹਾਂਜੀ ਹਾਂ, ਤੇ ਉਹਨੇ ਜਦੋਂ ਮਾਰ ਦੇ ਸਰੂਪ ਨੂੰ ਨਾਲੋਂ ਚੁੱਕਣ ਦੀ ਕੋਸ਼ਿਸ਼ ਸਮਝ ਲਓ ਤੁਸੀਂ ਕੀਤੀ, ਫੜਿਆ ਚੁੱਕਿਆ, ਗ੍ਰੰਥੀ ਸਿੰਘ ਕੋਲ ਹੀ ਸੀ। ਹਾਂਜੀ, ਤੇ ਉਹਨਾਂ ਜੀ ਫੜ ਲਿਆ, ਫੜ ਕੇ ਉਹਨੇ ਉਹਨੂੰ ਕੁੱਟਿਆ, ਕੱਟਿਆ, ਚਪੇੜਾਂ ਚਪੂੜਾਂ ਦੇ ਮਾਰੀਆਂ। ਹਾਂਜੀ ਵਾਹ ਵਾਹ, ਕੁੱਟ ਮੁੜ ਕੇ ਇੱਥੇ ਡੰਡਾ ਆ ਗਿਆ, ਨੇ ਡੰਡਾ ਫੜ ਲਿਆ। ਬਾਕੀ ਮੈਂ ਤਾਂ ਸੁਣਿਆ ਜੀ, ਕੋਲ ਨਹੀਂ ਸਾ ਮੈਂ, ਤੇ ਕੁੱਟਿਆ ਮੁੜ ਕੇ ਜਦੋਂ ਪੁਲਿਸ ਵਾਲੇ ਲੈ ਕੇ, ਪੁਲਿਸ ਮੁਲਾਜ਼ਮਾਂ ਨੇ, ਉਹ ਨਾ ਆਪਦਾ ਜਿਹੜਾ ਕੋਈ ਕੁੱਟਿਆ ਜਾਂ ਮਾਰਿਆ, ਉਹਦਾ ਪਰ ਆਪਾਂ ਨੂੰ ਪਤਾ ਨਹੀਂ ਜੀ। ਹੁਣ ਉਹ ਥਾਣੇ ਆ ਜੀ, ਮਲੋਰ ਸਦਰ ਚ। ਪਿੰਡ ਦਾ ਹੀ ਵਾਸੀ ਸੀ? ਹਾਂਜੀ ਪਿੰਡ ਦਾ ਵਾਸੀ ਸੀ, ਪਿੰਡ ਦਾ ਹੀ ਹੈ ਜੀ। ਹਾਂ, ਨਾਮ ਕੀ ਸ਼ਖਸ? ਹਾਂਜੀ ਕੀ ਨਾਮ ਹੈ ਸ਼ਖਸ? ਅਰਸ਼ ਅਰਸ਼ ਕਹਿੰਦੇ ਜੀ ਮੁੰਡਾ, ਅਰਸ਼। ਪਿੰਡ ਦੀ ਉਹ ਪਲੇਨ ਆਈ ਜੀ ਬਾਬਾ ਜੀ, ਉਹ ਕਹਿੰਦੇ ਵੀ ਬੇਬਦੀ ਆਪਾਂ ਕਹਿ ਨਹੀਂ ਸਕਦੇ, ਵੀ ਜਦੋਂ ਕੋਈ ਮਹਾਰਾਜ ਦਾ ਅੰਗ ਨਹੀਂ ਪਾਟਿਆ, ਕੋਈ ਜਿਲਤ ਨਹੀਂ ਖਰਾਬ ਹੋਈ, ਜਿਵੇਂ ਜਿਵੇਂ ਚੁੱਕਿਆ ਤੇ ਉਵੇਂ ਹੀ ਰੱਖਤਾ, ਦੋ ਹੱਥਾਂ ਨਾਲ ਚੁੱਕਿਆ ਉਹਨੇ ਜੀ, ਉਸੇ ਤਰ੍ਹਾਂ ਕਿਤੇ ਰੱਖਤਾ। ਉੱਥੇ ਅੰਦਰੇ ਹੀ ਸੀ, ਕੋਈ ਬਾਹਰ ਚੜਕ ਤੇ ਨਹੀਂ ਲੈ ਕੇ ਗਿਆ, ਕੋਈ ਦੂਰ ਨਹੀਂ ਲੈ ਕੇ ਗਿਆ। ਪੁੱਛਿਆ ਨੇ ਉਹਨੂੰ, ਪੁੱਛਿਆ ਨੇ ਕਿਉਂ ਉਹਨੇ ਚੱਕਿਆ? ਤੁਸੀਂ ਕਹਿ ਰਹੇ ਉਹਨੇ ਪਰਚੀਆਂ ਦਿਖਾਈਆਂ ਘਰਦਿਆਂ ਨੇ, ਦਵਾਈ ਕਿਸ ਚੀਜ਼ ਦੀ ਚਲਦੀ ਪਈ ਸੀ ਉਹਦੀ? ਇਹ ਤਾਂ ਦਿਮਾਗ ਦੀ ਕਹਿੰਦੇ ਆ ਜੀ, ਦਿਮਾਗ ਦੇ ਕੋਈ ਚੱਕਰ ਨਹੀਂ, ਸਿਰ ਨੂੰ ਚੱਕਰ ਆ ਜਾਂਦਾ। ਪਹਿਲਾਂ ਵੀ ਇਸ ਮੁੰਡੇ ਦੇ ਪਿੰਡ 'ਚ ਇਹੋ ਜਿਹੀ ਘਟਨਾ ਕੀਤੀ ਹੈ ਕਿ ਪਹਿਲੀ ਵਾਰ ਹੋਇਆ? ਪਹਿਲੀ ਵਾਰ ਜੀ, ਕੋਈ ਚੋਰੀ ਖੋਟਾ ਇੱਥੇ
ਤੇ ਸੇਵਾ ਕਰਦਾ ਰਿਹਾ ਪੂਰੀ ਜੀ। ਪਰਸੋਂ ਨਗਰ ਕੀਰਤਨ ਲੰਘਿਆ, ਉਸ ਦਿਨ ਸਾਰਾ ਦਿਨ ਸੇਵਾ ਕਰਦਾ ਰਿਹਾ ਨਗਰ ਕੀਰਤਨ ਵਾਲੇ ਦਿਨ। ਹਾਂਜੀ ਨਗਰ ਕੀਰਤਨ ਵਾਲੇ ਦਿਨ ਸੇਵਾ ਕਰਦਾ ਰਿਹਾ ਤੁਸੀਂ ਕਹਿ ਰਹੇ? ਹਾਂਜੀ ਹਾਂਜੀ, ਨਗਰ ਕੀਰਤਨ ਲੰਘਿਆ, ਸਾਰਾ ਦਿਨ ਇੱਥੇ ਸੇਵਾ ਕਰਦਾ ਰਿਹਾ, ਚਾਹ ਪਾਣੀ ਵਰਤਾਉਂਦਾ ਰਿਹਾ। ਅੱਗੇ ਵਿੱਚ ਆਮ ਹੀ ਸੇਵਾ ਕਰਦੇ ਆ ਜੀ। ਪਹਿਲਾਂ ਵੀ ਘਟਨਾ ਹੋਈ ਸੀ ਇੱਥੇ ਬੇਦਬੀਨ ਕੇ, ਪਹਿਲੀ ਵਾਰ ਹੋਇਆ ਵਾਲਾ ਇਸ ਪਿੰਡ ਵਿੱਚ? ਨਾ ਜੀ ਨਾ ਨਾ ਜੀ ਨਾ ਨਾ, ਪਹਿਲਾਂ ਕੋਈ ਨਹੀਂ ਹੋਈ ਜੀ। ਹਾਂਜੀ, ਜਿਹੜਾ ਮੁੰਡਾ ਪਕੜਿਆ ਗਿਆ ਤੁਸੀਂ ਆਸ਼ੀ ਮੁੰਡਾ ਨਾਮ ਲੈ ਰਹੇ ਹੋ, ਉਹ ਹੁਣ ਤੁਸੀਂ ਕਹਿੰਦੇ ਪੁਲਿਸ ਵਾਲੇ ਕਰ ਦਿੱਤਾ ਗਿਆ, ਉਹਨੂੰ ਸੱਟਾਂ ਸੁੱਟਾਂ ਨਹੀਂ ਮਾਰੀਆਂ ਗਈਆਂ? ਨਹੀਂ ਜੀ, ਸੱਟ ਤਾਂ ਨਹੀਂ ਕੋਈ, ਉਹਦੇ ਬਾਹਲੀ ਜ਼ਿਆਦੀ ਮਾਰੀ, ਕੁੱਟਮਾਰ ਹੋਈ ਉਹਦੀ? ਹਾਂਜੀ, ਕੁੱਟਮਾਰ ਤਾਂ ਉਹਨੇ ਗ੍ਰੰਥੀ ਸਿੰਘ ਨੇ ਕੀਤੀ ਹੈ ਜੀ ਉਹਦੀ। ਹੈਲੋ, ਹੁਣ ਪਿੰਡ ਵਾਲੇ ਲੋਕ ਇਸ ਘਟਨਾ ਨੂੰ ਲੈ ਕੇ ਕੀ ਕਹਿੰਦੇ ਨੇ? ਤੁਸੀਂ ਵੀ ਉੱਥੇ ਮੌਜੂਦ ਹੋ ਪਿੰਡ ਵਿੱਚ ਹੀ? ਹਾਂਜੀ, ਪਿੰਡ 'ਚ ਹੀ ਹੈ। ਲੋਕ ਇਹੋ ਗੱਲ ਕਹਿੰਦੇ ਵੀ ਉਹ ਘਰ ਵੀ ਕੋਈ ਆਪਾਂ ਜੇ ਤਾਂ ਕੋਈ ਘਟਨਾ ਹੋਈ ਹੋਵੇ ਮਹਾਰਾਜ ਦੀ, ਕੋਈ ਬੇਇੱਜ਼ਤੀ ਹੋਈ ਹੋਵੇ, ਫਿਰ ਤਾਂ ਆਪਾਂ ਕੋਈ ਕਰੀਏ। ਜਦੋਂ ਹੋਈ ਨਹੀਂ ਬੇਇੱਜ਼ਤੀ ਤਾਂ ਆਪਾਂ ਐਵੇਂ ਝੂਠਾ ਨਾ ਕਰੀਏ। ਪਿੰਡ ਦੇ ਲੋਕ ਤਾਂ ਇਹ ਗੱਲ ਹੀ ਕਹਿੰਦੇ ਆ ਵੀ ਝੂਠੀ ਗੱਲ ਨਾ ਡਾਓ। ਇਹ ਤਾਂ ਹੁਣ ਜੀ ਵੱਖੋ ਵੱਖ ਲੋਕਾਂ ਦੀਆਂ ਆਪੋ ਆਪਦੇ ਦਿਮਾਗ ਆ, ਵੱਖੋ ਵੱਖ ਸਲਾਹਾਂ ਹੈ। ਵੀ ਅਜੇ ਤੱਕ ਤਾਂ ਨਹੀਂ ਕੋਈ ਪਿੰਡ ਵਾਲੇ ਕਿਸੇ ਨੇ ਕਿਹਾ, ਸਾਰੇ ਇਹ ਗੱਲ ਕਹਿੰਦੇ ਆ ਵੀ ਬਾਬਾ ਜੀ ਹੋਣੀ ਵੀ ਆਏ ਨੇ, ਉਹਨਾਂ ਵੀ ਕਿਹਾ ਵੀ ਜੇ ਤਾਂ ਮਹਾਰਾਜ ਦਾ ਸਰੂਪ ਸਹੀ ਆ ਫਿਰ ਤਾਂ ਬੇਇੱਜ਼ਤੀ ਆਪਾਂ ਗਿਣ ਨਹੀਂ ਸਕਦੇ। ਜੇ ਕੋਈ ਮਹਾਰਾਜ ਦਾ ਅੰਗ ਪਾਟਿਆ ਜਾਂ ਚੁੱਕ ਕੇ ਉਹ ਬਾਹਰ ਲੈ ਕਰ ਲਿਆ ਜਾਂ ਥੱਲੇ ਸੁੱਟਿਆ ਕੁਛ, ਫਿਰ ਬੇਇੱਜ਼ਤੀ ਗਿਣੀ ਜਾ ਸਕਦੀ ਆ। ਜੇ ਮਹਾਰਾਜ ਦਾ ਸਰੂਪ ਅੰਦਰੇ ਹੀ ਆ, ਮਾ ਪੀੜੇ ਤੇ ਬਿਰਾਜਮਾਨ ਆ, ਫਿਰ ਆਪਾਂ ਬੇਇੱਜ਼ਤੀ ਨਹੀਂ ਗਿਣ ਸਕਦੇ। ਅੱਗੋਂ ਇੱਕ ਦੋ ਸਲਾਹਾਂ ਜੀ, ਮੈਂ ਤਾਂ ਆਮ ਹੀ ਬੰਦਾ ਗਰੀਬ ਜਿਹਾ, ਮੱਥਾ ਟੇਕ ਲਿਆ ਤੇ ਵੈਰੂ ਵੈਰੂ ਕਰ ਲਿਆ ਜੀ। ਉਹਨੇ ਮਾਂ ਬਾਪ ਕੀ ਕਹਿੰਦੇ ਨੇ, ਜੋ ਮਾਂ ਬਾਪ ਨੇ ਉਹ ਸ਼ਖਸ ਤੇ ਮਾਂ ਬਾਪ ਕੀ ਕਹਿੰਦੇ ਨੇ? ਮਾਂ ਬਾਪ ਤਾਂ ਕੱਲ ਤਾਂ ਜੀ ਉਹ ਇੱਥੇ ਹੈਗੇ ਸੀ, ਰੋਂਦੇ ਸੀ, ਕਹਿੰਦੇ ਵੀ ਸਾਡੀ ਕਿਸਮਤ ਹੀ ਮਾੜੀ ਆ, ਅਸੀਂ ਦਵਾਈਆਂ ਵੀ ਇਹਨੂੰ ਦਵਾਈਆਂ ਹੋ ਗਈਆਂ, ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਥਾਣੇ ਦਾ ਪੁਲਿਸ ਦਾ ਚੱਕਰ ਪੈ ਗਿਆ ਉਹਦੇ ਪਿਓ ਨੂੰ ਫੜ ਕੇ ਲੈ ਗਏ ਸੀ ਜੀ, ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਵੀ ਜੋ ਮਾਂ ਬਾਪ ਇੱਥੇ ਮੌਜੂਦ ਨੇ ਉਹ ਕਹਿੰਦੇ ਨੇ ਵੀ ਦਵਾਈ ਚੱਲਦੀ ਪਈ ਸੀ, ਗਲਤੀ ਹੋ ਗਈ ਮੁੰਡੇ ਕੋਲ, ਦਿਮਾਗ ਇਹਦਾ ਠੀਕ ਨਹੀਂ ਹੈਗਾ? ਹਾਂਜੀ, ਇਹ ਗੱਲ ਉਹਨਾਂ ਕੱਲ ਕਹੀ ਸੀ। ਹੁਣ ਪੰਚਾਇਤ ਜਾਂ ਸਰਪੰਚ ਨੇ ਕੋਈ ਬਿਆਨ ਦਿੱਤਾ ਜਾਂ ਸਰਪੰਚ ਕੀ ਕਹਿੰਦੇ ਨੇ ਇਸ ਮੁੱਦੇ ਉੱਤੇ? ਸਰਪੰਚ ਵੀ ਇੱਥੇ ਹੀ ਆ ਜੀ, ਮੈਂ ਕੋਈ ਸਰਪੰਚ ਨਾਲ ਗੱਲ ਨਹੀਂ ਹੋਈ ਜੀ, ਤੇ ਬਸ ਇਹੋ ਹੀ ਸਾਰੇ ਤਾਂ ਇਹ ਗੱਲ ਹੀ ਕਹਿੰਦੇ ਆ ਵੀ ਜੇ ਤਾਂ ਬੇਇੱਜ਼ਤੀ ਹੋਈ ਫਿਰ ਤਾਂ ਉਹਨੂੰ ਜ਼ਰੂਰ ਫੜਾਉਣਾ, ਸਰਵ ਕਰਨਾ ਚਾਹੀਦਾ। ਬਾਕੀ ਜੋ ਜੀ ਉਹਨੇ ਕੀਤੀ ਆ ਉਹ ਪੁਲਿਸ ਹੈ, ਜੋ ਪੁਲਿਸ ਕਾਰਵਾਈ ਕਰੂਗੀ ਠੀਕ ਹੈ। ਹਾਂਜੀ, ਬਾਕੀ ਸੱਚੀ ਗੱਲ ਕਰਨੀ ਚਾਹੀਦੀ ਹੈ ਜੀ, ਅਸੀਂ ਤਾਂ ਸੱਚੀ ਗੱਲ ਹੀ ਕੀਤੀ ਹੈ ਜੀ ਤੁਹਾਡੇ ਨਾਲ, ਵੀ ਜੇ ਤਾਂ ਬੇਇੱਜ਼ਤੀ ਹੋਈ ਹੁੰਦੀ ਫਿਰ ਤਾਂ ਚਲੋ ਠੀਕ ਸੀ ਜੀ, ਬੇਇੱਜ਼ਤੀ ਵਾਲੀ ਗੱਲ ਕੋਈ ਗਿਣੀ ਨਹੀਂ ਜਾ ਸਕਦੀ ਜੀ। ਪਿੰਡ ਦੇ ਲੋਕਾਂ ਨੇ ਸਿਆਣਪ ਦਿਖਾਈ, ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ? ਹਾਂਜੀ, ਪੁਲਿਸ ਦੇ ਹਵਾਲੇ ਕਰਤਾ। ਚਲੋ ਜੀ, ਮੌਕੇ ਤੇ ਗੁੱਸਾ ਹੈਗਾ ਸੀ, ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਹੁੰਦੀ ਉਹਨੇ ਕੁੱਟਿਆ ਜੀ। ਪਿੰਡ ਦੇ ਵਾਸੀਆਂ ਨੇ ਕਿਸੇ ਨੇ ਹੱਥ ਨਹੀਂ ਲਗਾਇਆ? ਹਾਂਜੀ, ਪਿੰਡ ਦੇ ਵਾਸੀਆਂ ਨੇ ਕਿਸੇ ਨੇ ਕੁੱਟਿਆ? ਗ੍ਰੰਥੀ ਜੋ ਹੈਗੇ ਸੀ, ਬਸ ਉਹਨੂੰ ਗੁੱਸਾ ਸੀ ਉਹਨਾਂ ਨੂੰ ਵੀ ਕਿਉਂ ਇਹ ਲੜਕਾ ਜੋ? ਹਾਂਜੀ ਹਾਂਜੀ, ਉਦੋਂ ਤਾਂ ਮੌਕੇ ਤੇ ਗੁੱਸਾ ਹੁੰਦਾ ਜੀ, ਤੇ ਉਹਦੇ ਮੌਕੇ ਤੇ ਉਹਨਾਂ ਮਾਰੀਆਂ, ਉਸ ਤੋਂ ਬਾਅਦ ਪੁਲਿਸ ਦੇ ਕੋਲ ਆ ਜੀ, ਪੁਲਿਸ ਨੇ ਫੜਿਆ ਜੀ।